ਸਤਿ ਸ਼੍ਰੀ ਅਕਾਲ ਜੀ। ਆਪਾਂ ਜਿਹੜਾ ਹੈਗਾ ਇਸ ਟਾਈਮ ਬਲਟਾਣਾ ਪਾਰਕ ਦੇ ਵਿੱਚ ਹੈਗੇ ਹਾਂ। ਬਲਟਾਣਾ ਜੋ ਚੌਂਕੀ ਦੇ ਨਾਲ ਜੋ ਹੈਗਾ ਪਾਰਕ ਹੈਗਾ, ਇੱਥੇ ਆਪਾਂ ਦੇਖ ਸਕਦੇ ਕਿ ਕਿੱਦਾਂ ਜਿਹੜੇ ਹੈਗੇ ਆ ਬੱਚੇ ਜਿਹੜੇ ਖੇਡ ਰਹੇ ਆ ਔਰ ਇੱਥੇ ਜਿਹੜਾ ਪਾਰਕ ਦਾ ਇੰਜੋਏ ਕਰ ਰਹੇ ਆ। ਇੱਥੇ ਆਪਾਂ ਇੱਕ ਚੀਜ਼ ਹੋਰ ਦਿਖਾਉਣੀ ਚਾਹੁੰਦੇ ਹਾਂ ਕਿ ਜਿਹੜਾ ਇੱਕ ਸਮਾਜਿਕ ਸੇਵਿਕ ਸਮਾਜਿਕ ਫਾਊਂਡੇਸ਼ਨ ਹੈਗੀ, ਸਮਾਜ ਸੇਵਾ ਫਾਊਂਡੇਸ਼ਨ ਦੇ ਨਾਮ 'ਤੇ ਇੱਕ ਸੰਸਥਾ ਹੈਗੀ ਜ਼ੀਰਕਪੁਰ ਦੀ ਬਲਟਾਣੇ ਦੇ। ਉਹਨਾਂ ਵੱਲੋਂ ਜਿਹੜਾ ਹੈਗਾ ਬੜਾ ਅੱਛਾ ਉਪਰਾਲਾ ਕੀਤਾ ਜਾ ਰਿਹਾ ਕਿ ਇੱਥੇ ਜੋ ਗਰੀਬ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਲੋੜਵੰਦ ਬੱਚੇ ਜਿਹੜੇ ਪੜ੍ਹਨ ਵਾਲੇ ਹੈਗੇ ਉਹਨਾਂ ਨੂੰ ਜਿਹੜਾ ਪੜ੍ਹਾਉਣ ਵਾਸਤੇ ਇੱਕ ਉਪਰਾਲਾ ਕੀਤਾ ਜਾ ਰਿਹਾ। ਪਿਛਲੇ ਕੁਛ 7-8 ਦਿਨ ਤੋਂ ਜਿਹੜਾ ਹੈਗਾ ਇੱਥੇ ਲਗਾਤਾਰ ਜਿਹੜੀ ਹੈਗੀ ਆ ਕਲਾਸਾਂ ਲਗਾਈਆਂ ਨੇ। ਵੈਸੇ ਤਾਂ ਇਹ ਜਿਹੜੇ ਹੈਗੇ ਪਿਛਲੇ 2 ਮਹੀਨੇ ਤੋਂ ਲਗਾ ਰਹੇ ਆ, ਪਰ ਜਿਹੜੀ ਰੈਗੂਲਰ ਕਲਾਸ ਹੈਗੀਆਂ ਕੁਛ ਤਾਦਾਦ ਵਧੀ ਹੈਗੀ ਇਹਨਾਂ ਦੀ ਜਿਹੜੀ ਹੈਗੀ ਆਪਾਂ ਦੇਖ ਸਕਦੇ ਹਾਂ ਕਿ ਇਹਦੇ ਕਾਫੀ 40-50 ਦੇ ਕਰੀਬ ਬੱਚੇ ਹੈਗੇ ਜਿਹੜੇ ਜਿਹਨਾਂ ਨੂੰ ਰੋਜ਼ ਇੱਥੇ ਸ਼ਾਮ ਨੂੰ ਜਿਹੜੀਆਂ ਕਲਾਸਾਂ ਲਗਾਈਆਂ ਜਾਂਦੀਆਂ ਹੈਗੀਆਂ। ਇਹਨਾਂ ਵਿੱਚੋਂ ਕੁਛ 30 ਬੱਚੇ ਦੱਸੇ ਜਾਂਦੇ ਹੈਗੇ ਜਿਹੜੇ ਸਕੂਲ ਵੀ ਨਹੀਂ ਜਾਂਦੇ ਇਸ ਟਾਈਮ, ਜਿਹੜੇ ਸਕੂਲ ਵੀ ਨਹੀਂ ਜਾਂਦੇ, ਸਿਰਫ ਆਪਣੇ ਝੁੱਗੀਆਂ ਵਿੱਚ ਰਹਿੰਦੇ। ਉਹਨਾਂ ਵਾਸਤੇ ਜਿਹੜਾ ਹੈਗਾ ਇੱਕ ਉਪਰਾਲਾ ਕੀਤਾ ਜਾ ਰਿਹਾ। ਆਪਾਂ ਦੇਖ ਸਕਦੇ ਹਾਂ ਕਿ ਸਮਾਜਿਕ ਫਾਊਂਡੇਸ਼ਨ ਜਿਹੜੀ ਹੈਗੀ ਆ ਬਲਟਾਣੇ ਦੀ ਇੱਕ ਹੈਗੀ ਆ, ਉਹਨਾਂ ਵੱਲੋਂ ਜਿਹੜੀ ਹੈਗੀ ਇੱਥੋਂ ਲਗਾਤਾਰ ਜਿਹੜਾ ਹੈਗਾ ਪਿਛਲੇ 2 ਮਹੀਨੇ ਤੋਂ ਕਰੀਬ ਜਿਹੜੀਆਂ ਕਲਾਸਾਂ ਲਗਾਈਆਂ ਜਾ ਰਹੀਆਂ। ਔਰ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜੇ ਪਿਛਲੇ 7-8 ਦਿਨ ਤੋਂ ਜਿਹੜੇ ਹੈਗੇ ਬੱਚਿਆਂ ਦੀ ਜਿਹੜੀ ਤਾਦਾਦ ਹੈਗੀ ਲਗਾਤਾਰ ਵੱਧ ਰਹੀ ਹੈਗੀ ਹੈ, ਔਰ ਜਿਹੜੇ 30 ਬੱਚੇ ਜਿਹੜੇ ਦੱਸੇ ਜਾ ਰਹੇ ਕਿ ਸਕੂਲ ਵੀ ਨਹੀਂ ਜਾਂਦੇ, ਉਹਨਾਂ ਵਾਸਤੇ ਜਿਹੜੀ ਹੈਗੀ ਇਹਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਕਿਸੇ ਸਕੂਲ ਨਾਲ ਟਾਈ ਅਪ ਕਰਕੇ ਉਹ ਇਹਨਾਂ ਨੂੰ ਬੱਚਿਆਂ ਨੂੰ ਜਿਹੜਾ ਹੈਗਾ ਸਕੂਲ ਦਾ ਜਿਹੜਾ ਪੇਪਰ ਦਵਾਏ ਜਾਣ 'ਤੇ ਇਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣ, ਜੋ ਤਾਂ ਜੋ ਇਹ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਅੱਗੇ ਵੱਧ ਸਕਣ। ਕੀਤਾ ਜਾ ਰਿਹਾ ਜੀ ਆਪਣੇ ਵੱਲੋਂ। ਅਸੀਂ ਇੱਕ ਸਮਾਜ ਸੇਵਕ ਸੰਗਠਨ ਬਣਾਇਆ ਜੀ, ਸੰਸਥਾ ਫਾਊਂਡੇਸ਼ਨ, ਉਹਦੇ ਵੱਲੋਂ ਇਹ ਗਰੀਬ ਬੱਚਿਆਂ ਨੂੰ ਜੋ ਸਲਾਮ ਏਰੀਏ 'ਚ ਰਹਿੰਦੇ ਆ ਇਹਨਾਂ ਨੂੰ ਪੜ੍ਹਾਉਣ ਦੇ ਲਈ ਅਸੀਂ ਇੱਕ ਛੋਟੀ ਜਿਹੀ ਪਹਿਲ ਕੀਤੀ ਹੈ, ਤਾਂ ਕਿ ਜੋ ਬੱਚੇ ਸਕੂਲ ਨਹੀਂ ਜਾ ਸਕਦੇ ਜਾਂ ਇਹਨਾਂ ਦੇ ਮਾਂ ਬਾਪ ਨਹੀਂ ਪੜ੍ਹਾ ਸਕਦੇ, ਅਸੀਂ ਲੋਕਾਂ ਨੇ ਇਹਨਾਂ ਨੂੰ ਪੂਰੇ ਪੜ੍ਹਾਉਣਾ ਸ਼ੁਰੂ ਕੀਤਾ। 2 ਟੀਚਰ ਰੱਖੀਆਂ ਅਸੀਂ ਜੋ ਕਿ ਇਹਨਾਂ ਨੂੰ ਪੜ੍ਹਾਉਂਦੀਆਂ। ਇਸ ਤੋਂ ਬਾਅਦ ਅਸੀਂ ਸਰਕਾਰੀ ਸਕੂਲ ਦੇ ਵਿੱਚ ਗੱਲ ਕਰਕੇ ਇਹਨਾਂ ਬੱਚਿਆਂ ਨੂੰ ਉੱਥੇ ਐਡਮਿਸ਼ਨ ਕਰਾਵਾਂਗੇ। ਅੱਛਾ ਜੀ, ਇਹ ਕਦੋਂ ਤੋਂ ਕਰ ਰਹੇ ਹੋ ਉਪਰਾਲਾ ਤੁਸੀਂ? ਇਹ ਸਾਨੂੰ 1.5-2 ਮਹੀਨਾ ਹੋ ਗਿਆ ਸ਼ੁਰੂ ਕੀਤਿਆਂ ਨੂੰ। ਅੱਛਾ ਜੀ, ਕਿੰਨੇ ਕੁ ਬੱਚੇ ਆ ਰਹੇ ਹੋ? ਬੱਚੇ 60 ਦੇ ਕਰੀਬ ਬੱਚੇ ਆ ਸਾਡੇ ਕੋਲ। ਅੱਛਾ ਜੀ, ਸਟਾਰਟਿੰਗ 'ਚ 15-20 ਬੱਚੇ ਆਏ ਸੀ, ਫਿਰ ਹੌਲੀ ਹੌਲੀ ਬੱਚੇ ਵੱਧ ਗਏ, ਹੁਣ 60 ਦੇ ਕਰੀਬ ਬੱਚੇ ਆ ਜੋ ਕਿ ਅਸੀਂ ਪੜ੍ਹਾਈ ਸ਼ੁਰੂ ਕੀਤੀ ਇਹਨਾਂ ਦੀ। ਇਹਨਾਂ ਵਾਸਤੇ ਜਿਹੜੀ ਕਾਪੀ ਪੈਨਸਲ ਜਾਂ ਕਿਤਾਬਾਂ ਦਾ ਇੰਤਜ਼ਾਮ ਕਿੱਥੋਂ ਹੁੰਦਾ ਜੀ? ਉਹ ਸਾਡੀ ਸਾਰੀ ਸਮਾਜ ਸੇਵਕ ਸੰਸਥਾ ਦਿੰਦੀ ਹੈ, ਜੋ ਵੀ ਕਿਤਾਬ ਹੈ, ਕਾਪੀ ਹੈ, ਪੈੱਨ ਹੈ, ਪੈਨਸਲ ਹੈ, ਸਾਰਾ ਖਰਚਾ ਸਮਾਜ ਸੇਵਕ ਸੰਸਥਾ ਕਰਦੀ ਹੈ। ਅੱਛਾ ਜੀ, ਇਹਨਾਂ ਦੇ ਪਰਿਵਾਰ ਵਾਲੇ ਦੇ ਰਹੇ ਸਾਹਿਬ ਤੁਹਾਡਾ ਕਿ ਹਾਂ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਨੂੰ ਭੇਜ ਦਿੰਦੇ ਆ ਟਾਈਮ ਸਰ, ਅਸੀਂ ਕੋਈ 2:30 ਵਜੇ ਕਲਾਸਾਂ ਲਾਉਂਦੇ ਹਾਂ ਸਰਦੀਆਂ ਕਰਕੇ, ਅਤੇ 6 ਵਜੇ ਤੱਕ ਪੜ੍ਹਾਉਂਦੇ ਹਾਂ ਇਹਨਾਂ ਨੂੰ, ਪਰਿਵਾਰ ਪੂਰਾ ਸਾਥ ਦੇ ਰਿਹਾ ਇਹਨਾਂ ਦਾ। ਅੱਛਾ ਜੀ, ਕੀ ਵਰਕਿੰਗ ਕਰ ਰਹੇ ਹੋ? ਸਮਾਜ ਸੇਵਕ ਫਾਊਂਡੇਸ਼ਨ ਨਾਮ ਹੈ ਸਰ ਇਹਦਾ, ਸੰਸਥਾ ਦਾ ਆਪਣੇ, ਔਰ ਅਸੀਂ ਗਰੀਬ ਬੱਚਿਆਂ ਨੂੰ ਇੱਥੇ ਪੜ੍ਹਾ ਰਹੇ ਹਾਂ ਪਾਰਕ ਦੇ ਵਿੱਚ। 1.5 ਮਹੀਨਾ ਹੋ ਗਿਆ ਸਾਨੂੰ ਇੱਥੇ ਕਲਾਸਿਸ ਲਗਵਾ ਰਹੇ ਹਾਂ ਅਸੀਂ ਬੱਚਿਆਂ ਦੀਆਂ, ਔਰ ਸਲਮਸ ਏਰੀਆ ਦੇ ਬੱਚੇ ਨੇ ਸਾਰੇ। ਕਿੰਨੇ ਕੁ ਬੱਚੇ ਨੇ ਤੁਹਾਡੇ ਕੋਲ ਇਸ ਟਾਈਮ? ਇਸ ਟਾਈਮ ਸਰ ਸਾਡੇ ਕੋਲ 75 ਬੱਚੇ ਆ, 75 ਬੱਚੇ ਹੈਗੇ ਆ। ਕੀ ਸਮੱਸਿਆ ਕੀ ਆ ਰਹੀ ਹੈ ਤੁਹਾਨੂੰ? ਸਮੱਸਿਆ ਸਰ ਇਹ ਆ ਰਹੀ ਹੈ, ਜਿੱਦਾਂ ਠੰਡ ਦਾ ਟਾਈਮ ਹੈ ਬੱਚਿਆਂ ਨੂੰ ਬਹੁਤ ਪ੍ਰੋਬਲਮਸ ਆ ਰਹੀਆਂ ਨੇ ਪਾਰਕ ਦੇ ਵਿੱਚ, ਲੋਕ ਰਾਤ ਨੂੰ ਇੱਥੇ ਬੈਠੇ ਰਹਿੰਦੇ ਆ ਔਰ ਸਵੇਰੇ ਇੰਨਾ ਕੋਈ ਗੰਦ ਮੱਚਿਆ ਹੁੰਦਾ, ਅਸੀਂ ਬੱਚਿਆਂ ਨੂੰ ਬਿਠਾ ਨਹੀਂ ਪਾਉਂਦੇ, ਨਾ ਸਾਡੇ ਕੋਲ ਕੋਈ ਜਗ੍ਹਾ ਦਾ ਇੰਤਜ਼ਾਮ ਹੋ ਰਿਹਾ ਕਿ ਅਸੀਂ ਬੱਚਿਆਂ ਨੂੰ ਆਪਣਿਆਂ ਨੂੰ ਸੇਫ ਕਰੀਏ ਠੰਡ ਦੇ ਵਿੱਚ, ਪਰ ਬੱਚਿਆਂ ਨੂੰ ਇੱਥੇ ਬਹੁਤ ਪ੍ਰੋਬਲਮ ਆ ਰਹੀ ਹੈ ਪਾਰਕ ਦੇ ਵਿੱਚ ਅਸੀਂ ਬਿਠਾ ਰਹੇ ਹਾਂ ਸਰ। ਕੀ ਸਫਾਈ ਕਿੱਦਾਂ ਦੀ? ਸਫਾਈ ਵਾਸਤੇ ਕੋਈ ਬੰਦਾ ਨਹੀਂ ਹੈ ਜੀ ਪਾਰਕ ਦੇ? ਬਿਲਕੁਲ ਨਹੀਂ ਹੈ ਪਾਰਕ ਦੇ ਵਿੱਚ, ਹਜੇ ਤਾਂ ਸਰ ਕੋਈ ਵੀ ਨਹੀਂ ਹੈ। ਤੁਸੀਂ ਦੇਖ ਹੀ ਰਹੇ ਹੋ ਹਾਲਤ ਕੀ ਹੋ ਰਹੀ ਹੈ। ਸੰਸਥਾ ਵੱਲੋਂ ਕੀ ਕੀ ਕੰਮ ਕੀਤੇ ਜਾਂਦੇ ਆ ਜੀ? ਕੀ ਗਰੀਬ ਕੁੜੀਆਂ ਦੀ ਵਿਆਹ ਦਾ ਹੈ ਸਾਡੇ ਕੋਲ, ਔਰ ਕਿੰਨਾ ਟਾਈਮ ਹੋ ਗਿਆ ਸੰਸਥਾ ਨੂੰ ਚੱਲਦੇ ਹੋਏ? 3 ਮਹੀਨੇ ਹੋ ਗਏ ਸਰ। ਅੱਛਾ, 3 ਮਹੀਨੇ ਹੋ ਗਏ ਸਰ। ਤੇ ਇਹ ਪਹਿਲੇ ਹੀ ਹੈ ਤੁਹਾਡਾ ਜਿਹੜੇ ਬੱਚੇ ਇੱਥੇ ਤੁਸੀਂ ਸਕੂਲ ਲਾਇਆ ਜੀ ਇੱਥੇ? ਹਾਂਜੀ।